ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਟ ਇਜ਼ ਮੈਨੀਪੂਲੇਸ਼ਨ? ਮੈਨੀਪੂਲੇਸ਼ਨ ਕੀ ਹੈ? ਜੇ ਆਪਾਂ ਗੂਗਲ 'ਤੇ ਇਹਨੂੰ ਸਰਚ ਕਰਦੇ ਹਾਂ ਤਾਂ ਇਹਦਾ ਮਤਲਬ ਨਿਕਲਦਾ ਹੈ ਹੇਰਾਫੇਰੀ। ਹੁਣ ਹੇਰਾਫੇਰੀ ਦੇ ਨਾਮ ਤੋਂ ਬੰਦਾ ਕੁਛ ਵੀ ਸੋਚ ਸਕਦਾ ਹੈ। ਮੈਨੀਪੂਲੇਸ਼ਨ ਇੱਕ ਇਹੋ ਜਿਹੀ ਚੀਜ਼ ਹੈ, ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਵੀ ਫੋਟੋ ਆਪਾਂ ਲੈਂਦੇ ਹਾਂ ਜਾਂ ਸਿੰਪਲ ਫੋਟੋ ਲੈਂਦੇ ਹਾਂ, ਉਹਦੇ ਵਿੱਚ ਕੁਛ ਨਾ ਕੁਛ ਉਹਨੂੰ ਆਪਾਂ ਐਡੀਟਿੰਗ ਕਰਕੇ ਆਪਾਂ ਮੈਨੀਪੂਲੇਸ਼ਨ ਤਿਆਰ ਕਰ ਸਕਦੇ ਹਾਂ। ਅਤੇ ਮੈਂ ਤੁਹਾਨੂੰ ਐਗਜ਼ੈਂਪਲ ਵੀ ਦਿਖਾ ਦਿੰਦਾ। ਅਤੇ ਜਿਸ ਤਰ੍ਹਾਂ ਮੰਨ ਲਓ ਕੋਈ ਵੀ ਨੋਰਮਲ ਫੋਟੋ ਆ, ਉਹਨੂੰ ਆਪਾਂ ਜਿਸ ਤਰ੍ਹਾਂ 4-5 ਫੋਟੋਜ਼ ਲੈ ਕੇ ਉਹਨੂੰ ਆਪਾਂ ਤਿਆਰ ਕਰ ਸਕਦੇ ਹਾਂ ਮੈਨੀਪੂਲੇਸ਼ਨ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਗਜ਼ੈਂਪਲ ਦਿਖਾਉਂਦਾ। ਜਿਸ ਤਰ੍ਹਾਂ ਮੰਨ ਲਓ ਆ ਫਸਟ ਐਗਜ਼ੈਂਪਲ ਹੈਗੀ ਹੈ ਫੋਟੋਗ੍ਰਾਫੀ ਕੈਮਰਾ ਕੈਨਨ ਦਾ। ਇਹਦੇ ਵਿੱਚ ਵੀ 2-3 ਫੋਟੋ ਨੂੰ ਸਿਲੈਕਟ ਕਰਕੇ ਇਹਦਾ ਮੈਨੀਪੂਲੇਸ਼ਨ ਤਿਆਰ ਕੀਤਾ ਗਿਆ। ਅਤੇ ਆਪਾਂ ਨੈਕਸਟ ਦੇਖਦੇ ਹਾਂ। ਨੈਕਸਟ ਵੀ ਆ, ਜਿਸ ਤਰ੍ਹਾਂ ਮੰਨ ਲਓ ਬਿਲਡਿੰਗ ਦਿਖਾਈ ਗਈ ਅਤੇ ਕਲਾਊਡ ਵੀ ਹੈ। ਮਤਲਬ ਇਹ ਹੈ ਕਿ 3-4 ਫੋਟੋਜ਼ ਨੂੰ ਆਪਾਂ ਲੈ ਕੇ ਮੈਨੀਪੂਲੇਸ਼ਨ ਤਿਆਰ ਕਰ ਸਕਦੇ ਹਾਂ। ਨੈਕਸਟ ਇਹ ਆ, ਇਹਨੂੰ ਮੈਨੀਪੂਲੇਸ਼ਨ ਕਹਿੰਦੇ ਹਾਂ। ਜਿਹੜਾ ਮੈਂ ਮੈਨੀਪੂਲੇਸ਼ਨ ਤਿਆਰ ਕੀਤਾ ਉਹ ਬੈਕਗਰਾਉਂਡ ਹੈਗੀ ਹੈ ਪੰਜਾਬ ਦੀ, ਜਿਸ ਤਰ੍ਹਾਂ ਮੰਨ ਲਓ ਵਿਲੇਜ ਦੀ ਬੈਕਗਰਾਉਂਡ ਆ। ਅਤੇ ਮੈਂ ਬੇਸਿਕਲੀ ਵੀ ਪੰਜਾਬ ਤੋਂ ਹੀ ਹਾਂ। ਅਤੇ ਪਹਿਲਾਂ ਜਿਹੜਾ ਮੈਨੀਪੂਲੇਸ਼ਨ, ਜਿਸ ਤਰ੍ਹਾਂ ਮੰਨ ਲਓ ਜਿੰਨੇ ਵੀ ਟਿਊਟੋਰੀਅਲ ਪਏ ਨੇ ਅਤੇ ਕੁਛ ਇਸ ਤਰ੍ਹਾਂ ਦਾ ਪਹਿਲਾਂ ਮੈਨੀਪੂਲੇਸ਼ਨ ਨਹੀਂ ਹੈ। ਅਤੇ ਆਪਾਂ ਚਲੋ ਫਿਰ ਕਰਦੇ ਹਾਂ ਸਟਾਰਟ। ਹੁਣ ਆਪਾਂ ਇਹਦੇ ਵਿੱਚ ਸਟਾਰਟਿੰਗ 'ਤੇ ਪਹਿਲਾਂ ਬੈਕਗਰਾਉਂਡ ਲੈ ਲੈਣੀ ਹੈ, ਕੋਈ ਵੀ ਜਿਸ ਤਰ੍ਹਾਂ ਮੰਨ ਲਓ ਕੋਈ ਵਿਲੇਜ ਦੀ ਬੈਕਗਰਾਉਂਡ ਹੋਏਗੀ ਉਹ ਆਪਾਂ ਲੈ ਲੈਣੀ ਹੈ, ਉਹਦਾ ਥੋੜ੍ਹਾ ਸਾਈਜ਼ ਆਪਾਂ ਵੱਡਾ ਕਰ ਲੈਣਾ, ਬੈਕਗਰਾਉਂਡ ਦੀ ਪੋਜੀਸ਼ਨ ਆਪਾਂ ਸੈੱਟ ਕਰ ਲੈਣੀ ਹੈ। ਫਿਰ ਉਸ ਤੋਂ ਬਾਅਦ ਆਪਾਂ ਟੈਕਸਟ ਲੈਣਾ, ਟੈਕਸਟ ਦਾ ਨੇਮ ਹੈਗਾ ਜੇ ਬੇਬਸ, ਇਹਦਾ ਆਪਾਂ ਸਾਈਜ਼ ਵਧਾ ਲੈਣਾ ਟੈਕਸਟ ਦਾ, ਜਿੰਨਾ ਕੁ ਆਪਾਂ ਰੱਖਣਾ ਉਨਾ ਕੁ ਆਪਾਂ ਸਾਈਜ਼ ਇਹਦਾ ਵਧਾ ਲੈਣਾ। ਅਤੇ ਜਿਹੜਾ ਆਪਾਂ ਫੋਂਟ ਰੱਖਣਾ ਉਹਦਾ ਨਾਮ ਹੈਗਾ ਬੇਬਸ ਫੋਂਟ ਆ, ਅਤੇ ਇਹ ਫੋਂਟ ਬੋਲਡ ਵਿੱਚ ਹੈਗਾ, ਇਹਦਾ ਆਪਾਂ ਸਾਈਜ਼ ਵਧਾ ਲੈਣਾ ਫੋਂਟ ਦਾ ਜਿੰਨਾ ਕੁ ਆਪਾਂ ਇਹਦੇ ਵਿੱਚ ਰੱਖਣਾ। ਹੁਣ ਆਪਾਂ ਇਹਦੇ ਵਿੱਚ ਟੈਕਸਟ ਆਪਾਂ ਲਿਖਣਾ ਪੰਜਾਬ, ਪੰਜਾਬ ਟੈਕਸਟ ਵਿੱਚ ਲਿਖ ਲਿਆ। ਅਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਥੋੜ੍ਹਾ ਥੱਲੇ ਲੈਣਾ, ਥੋੜ੍ਹੀ ਇਹਦੀ ਪੋਜੀਸ਼ਨ ਆਪਾਂ ਥੱਲੇ ਕਰ ਲੈਣੀ ਹੈ। ਹੁਣ ਇਸ ਤੋਂ ਬਾਅਦ ਆਪਾਂ ਕਲਰ, ਜਿਹੜਾ ਬੈਕਗਰਾਉਂਡ ਦੇ ਵਿੱਚ ਕਲਰ ਆਉਂਦੇ ਆ ਆਪਾਂ ਉਹੀ ਸਿਲੈਕਟ ਕਰਾਂਗੇ, ਜਿੱਦਾਂ ਕਰੀਮ ਲਾਈਟ ਕਰੀਮ ਕਲਰ ਹੈਗਾ ਉਹ ਆਪਾਂ ਸਿਲੈਕਟ ਕਰ ਲੈਣਾ, ਬਿਲਕੁਲ ਉਹਦੇ ਨਾਲ ਮੈਚ ਹੁੰਦਾ ਪਿਆ। ਹੁਣ ਇਸ ਤੋਂ ਬਾਅਦ ਇਹਦਾ ਜਿਹੜਾ ਟੈਕਸਟ ਆ ਇਹਨੂੰ ਆਪਾਂ ਡੁਪਲੀਕੇਟ ਵਿੱਚ ਰੱਖ ਲੈਣਾ। ਇਹਦਾ ਡੁਪਲੀਕੇਟ ਤੋਂ ਬਾਅਦ ਇੱਕ ਨੂੰ ਆਪਾਂ ਹਿਡਨ ਕਰ ਦੇਣਾ, ਅਤੇ ਜਿਹੜਾ ਸ਼ੋਅ ਵਾਲਾ ਜਿਹੜਾ ਫੋਂਟ ਆ ਉਹਨੂੰ ਆਪਾਂ ਉਹਦਾ ਸਮਾਰਟ ਓਬਜੈਕਟ ਬਣਾ ਲੈਣਾ। ਸਮਾਰਟ ਓਬਜੈਕਟ ਬਣਾਉਣ ਤੋਂ ਬਾਅਦ ਆਪਾਂ ਰਾਈਟ ਕਲਿੱਕ ਕਰਕੇ ਇਹਦਾ ਪਰਸਪੈਕਟਿਵ ਸਿਲੈਕਟ ਕਰ ਲੈਣਾ। ਇਹਦੇ ਨਾਲ ਇਹ ਹੈ ਕਿ ਜਿਹੜਾ ਇਹਦਾ ਐਂਗਲ ਹੈ ਆਪਾਂ ਬਿਲਕੁਲ ਸੈੱਟ ਕਰ ਸਕਦੇ ਹਾਂ, ਜਿਹੜੀ ਪੋਜੀਸ਼ਨ ਦੇ ਵਿੱਚ ਆਪਾਂ ਟੈਕਸਟ ਆਪਾਂ ਲਿਖਣਾ, ਜਿਹੜਾ ਆਪਾਂ ਟੈਕਸਟ ਬਿਲਕੁਲ ਹੈਗੇ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ, ਪੋਜੀਸ਼ਨ ਜਿਹੜੀ ਹੈ ਬਿਲਕੁਲ ਆਪਾਂ ਸੈੱਟ ਕਰ ਲੈਣੀ ਹੈ। ਫਿਰ ਇਸ ਤੋਂ ਬਾਅਦ ਆਪਾਂ ਇੱਕ ਲੇਅਰ ਐਡ ਕਰ ਲੈਣੀ ਹੈ, ਟੈਕਸਟ ਦੀ ਲੇਅਰ ਆਪਾਂ ਐਡ ਕਰਨੀ ਹੈ। ਅਤੇ ਓਪੈਸਿਟੀ ਥੋੜ੍ਹੀ ਘਟਾ ਕੇ ਆਪਾਂ ਜਿਹੜਾ ਟੈਕਸਟ ਦੇ ਜਿਹੜਾ ਥੱਲੇ ਵਾਲਾ ਬੋਟਮ ਵਾਲਾ ਜਿਹੜਾ ਪਾਰਟ ਆ ਉੱਥੋਂ ਆਪਾਂ ਥੋੜ੍ਹਾ ਅਰੇਜ਼ ਕਰ ਦੇਣਾ, ਅਰੇਜ਼ ਜਿਹੜਾ ਬਹੁਤਾ ਜ਼ਿਆਦਾ ਵੀ ਨਹੀਂ ਕਰਨਾ, ਥੋੜ੍ਹਾ ਥੋੜ੍ਹਾ ਅਰੇਜ਼ ਕਰਨਾ ਹੈ ਕਿ ਜਿਸ ਤਰ੍ਹਾਂ ਸ਼ੋਅ ਹੋਏਗੀ ਜਿਹੜਾ ਟੈਕਸਟ ਆ ਬਿਲਕੁਲ ਉੱਥੇ ਬਿਲਕੁਲ ਨੈਚੁਰਲ ਜਿਹਾ ਲੱਗੇ। ਜਿਹੜੀ ਰਾਈਟ ਸਾਈਡ ਓਪਸ਼ਨ ਆ ਨੋਰਮਲ ਵਾਲੀ ਉੱਥੋਂ ਆਪਾਂ ਇਹਨੂੰ ਲਾਈਟਨ ਓਪਸ਼ਨ ਸਿਲੈਕਟ ਕਰ ਲੈਣੀ ਹੈ, ਜਿਹੜੀ ਕਿ ਬੈਕਗਰਾਉਂਡ ਦੇ ਵਿੱਚ ਮਿਕਸ ਹੋ ਜਾਂਦੀ ਹੈ। ਅਤੇ ਥੋੜ੍ਹੀ ਜਿਹੀ ਪੋਜੀਸ਼ਨ ਆਪਾਂ ਥੋੜ੍ਹੀ ਵੱਡੀ ਕਰ ਲੈਣੀ ਹੈ ਟੈਕਸਟ ਦੀ। ਫਿਰ ਇਸ ਤੋਂ ਬਾਅਦ ਆਪਾਂ ਇਹਦੀ ਡਰੋਪ ਸ਼ੈਡੋ ਦੇਣੀ ਆ ਲੇਅਰ ਸਟਾਈਲ 'ਚ ਜਾ ਕੇ, ਸੇਮ ਕਲਰ ਦੀ ਆਪਾਂ ਥੋੜ੍ਹੀ ਜਿਹੀ ਇਹਨੂੰ ਡਾਰਕਨੈਸ ਦੇ ਵਿੱਚ ਆਪਾਂ ਸ਼ੈਡੋ ਦੇਵਾਂਗੇ, ਜਿਹੜੀ ਓਪੈਸਿਟੀ ਹੈ
ਉਹ ਆਪਾਂ ਬਹੁਤੀ ਜ਼ਿਆਦਾ ਜਾਂ 100 'ਤੇ ਨਹੀਂ ਰੱਖਣੀ, ਥੋੜ੍ਹੀ ਘੱਟ ਰੱਖਣੀ ਹੈ। ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਹੈਗਾ ਕਲਾਊਡ ਦਾ। ਆਪਾਂ ਇਹਦੇ ਵਿੱਚ ਕਲਾਊਡ ਜਿਹੜਾ ਆਪਾਂ ਥੋੜ੍ਹਾ ਫੋਗ ਬੈਕਗਰਾਊਂਡ ਦੇ ਵਿੱਚ ਫੋਗ ਦੇਵਾਂਗੇ, ਨਾਲ ਨਾਲ ਥੋੜ੍ਹਾ ਕਲਾਊਡ ਵੀ ਇਹਦੇ ਵਿੱਚ ਰੱਖਾਂਗੇ। ਥੋੜ੍ਹਾ ਇਹਨੂੰ ਆਪਾਂ ਬੈਕਗਰਾਊਂਡ ਜਿਹੜੀ ਆਪਾਂ ਥੋੜ੍ਹੀ ਫੋਗੀ ਟਾਈਪ ਰੱਖਣੀ ਹੈ, ਅਤੇ ਜਿਹੜਾ ਨੋਰਮਲ ਦੇ ਵਿੱਚ ਜਾ ਕੇ ਆਪਾਂ ਫਿਰ ਇਹਨੂੰ ਲਾਈਟਨ ਕਲਰ ਆਪਸ਼ਨ ਸਿਲੈਕਟ ਕਰ ਲੈਣੀ ਹੈ, ਜਿਹੜਾ ਕਿ ਇਹਦੇ ਵਿੱਚ ਮਿਕਸ ਹੋ ਜਾਏਗੀ। ਫਿਰ ਇਸ ਤੋਂ ਬਾਅਦ ਇਹਦੀ ਆਪਾਂ ਓਪੈਸਿਟੀ ਥੋੜ੍ਹੀ ਘਟਾ ਲੈਣੀ ਹੈ, 50% ਤੋਂ ਥੋੜ੍ਹੀ ਜਿਹੀ ਆਪਾਂ ਘੱਟ ਕਰ ਲੈਣੀ ਹੈ, 40-30% ਰੱਖ ਲੈਣੀ ਹੈ। ਫਿਰ ਇਹਦੀ ਡੁਪਲੀਕੇਟ ਆਪਾਂ ਕਲਾਊਡ ਦੀ ਲੈ ਲੈਣੀ ਹੈ, ਅਤੇ ਇਹਦੀ ਜਿਹੜੀ ਪੁਜੀਸ਼ਨ ਆਪਾਂ ਚੇਂਜ ਕਰ ਦੇਣੀ ਹੈ, ਅਤੇ ਰਾਈਟ ਸਾਈਡ ਇੱਕ ਜਿਹੜਾ ਕਲਾਊਡ ਆ ਉਹ ਲੈਫਟ ਸਾਈਡ ਆਜੂਗਾ, ਅਤੇ ਜਿਹੜਾ ਇੱਕ ਆ ਜਾਏਗਾ ਰਾਈਟ ਸਾਈਡ। ਓਪੈਸਿਟੀ ਥੋੜ੍ਹੀ ਆਪਾਂ ਆਪਣੇ ਹਿਸਾਬ ਨਾਲ ਘਟਾ ਲੈਣੀ ਹੈ, ਬਹੁਤੀ ਜ਼ਿਆਦਾ ਵੀ ਨਹੀਂ ਆਉਣੀ, 43% ਆਪਾਂ ਓਪੈਸਿਟੀ ਰੱਖ ਲਈ ਇਹਦੀ। ਫਿਰ ਇਸ ਤੋਂ ਬਾਅਦ ਆਪਾਂ ਇੱਕ ਹੋਰ ਡੁਪਲੀਕੇਟ ਕਲਾਊਡ ਦੀ ਲੇਅਰ ਲੈ ਲੈਣੀ ਹੈ, ਇਹਨੂੰ ਆਪਾਂ ਥੋੜ੍ਹਾ ਅਰੇਸ ਕਰ ਲੈਣਾ। ਜਿਹੜੇ ਆਪਾਂ ਬੋਟਮ 'ਤੇ ਕਲਾਊਡ ਥੋੜ੍ਹੇ ਰੱਖਣੇ ਆ, ਉਹਨੂੰ ਥੋੜ੍ਹਾ ਆਪਾਂ ਸਾਈਜ਼ ਵੱਡਾ ਕਰ ਲੈਣਾ ਇਹਦਾ, ਅਤੇ ਜਿਹੜੀ ਓਪੈਸਿਟੀ ਹੈ ਇਹਦੀ ਉਹਦੇ ਨਾਲ ਉਹ ਥੋੜ੍ਹੀ ਆਪਾਂ ਘੱਟ ਰੱਖਣੀ ਹੈ। ਨੋਰਮਲ ਦੇ ਵਿੱਚ ਇਹਨੂੰ ਵੀ ਆਪਾਂ ਇਹਦੀ ਜਿਹੜੀ ਆਪਸ਼ਨ ਆ ਆਪਾਂ ਲਾਈਟਨ ਦੇ ਵਿੱਚ ਸਿਲੈਕਟ ਕਰ ਲੈਣੀ ਹੈ। ਇਹਦੀ ਇੱਕ ਹੋਰ ਡੁਪਲੀਕੇਟ ਲੈ ਕੇ ਆਪਾਂ ਰਾਈਟ ਸਾਈਡ ਇਹਨੂੰ ਪੁਜੀਸ਼ਨ ਇਹਦੀ ਚੇਂਜ ਕਰ ਦੇਣੀ ਹੈ, ਅਤੇ ਉੱਥੇ ਆਪਾਂ ਸੈਟਿੰਗ ਕਰ ਦੇਣੀ। ਹੁਣ ਇਸ ਤੋਂ ਬਾਅਦ ਨੈਕਸਟ ਸਟੈਪ ਹੈਗਾ, ਆਪਾਂ ਹੁਣ ਬਰਡ ਦੀ ਜਿਹੜੀ PNG ਫਾਈਲ ਆ ਉਹ ਤੁਹਾਨੂੰ ਗੂਗਲ ਤੋਂ ਮਿਲ ਜਾਏਗੀ, ਕੋਈ ਵੀ ਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ। ਅਤੇ ਹੁਣ ਆਪਾਂ ਬਰਡ ਦੀ ਜਿਹੜੀ ਆ ਉਹਦੀ ਆਪਾਂ ਸੈਟਿੰਗ ਕਰਨੀ ਹੈ, ਉਹ ਆਪਾਂ ਰਾਈਟ ਸਾਈਡ 'ਤੇ ਫਰੰਟ ਸਾਈਡ 'ਤੇ ਆਪਾਂ ਰੱਖਣੇ ਹੈ, ਥੋੜ੍ਹੀ ਪੁਜੀਸ਼ਨ ਇਹਦੀ ਸੈੱਟ ਕਰ ਲੈਣੀ ਹੈ। ਪੁਜੀਸ਼ਨ ਸੈਟਿੰਗ ਤੋਂ ਬਾਅਦ ਫਿਰ ਆਪਾਂ ਇਹਨੂੰ ਥੋੜ੍ਹਾ ਅਰੇਸ ਕਰ ਦੇਣਾ, ਜਿਹੜਾ ਕਿ ਨੈਚੁਰਲ ਬਰਡ ਲੱਗਣ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਆਪਾਂ ਬੈਕਗਰਾਊਂਡ ਲਈ ਆ ਉਹ ਆਪਾਂ ਪੰਜਾਬ ਦੀ ਕੋਈ ਵੀ, ਜਿਸ ਤਰ੍ਹਾਂ ਮੰਨ ਲਓ ਕੋਈ ਵਿਲੇਜ ਹੋਵੇ ਉਹਦੀ ਆਪਾਂ ਬੈਕਗਰਾਊਂਡ ਲੈ ਲਈ ਹੈ। ਅਤੇ ਸੈਕਿੰਡ ਆਪਾਂ ਟੈਕਸਟ ਜਿਹੜਾ ਰੱਖਣਾ ਉਹਦਾ ਨੇਮ ਹੈਗਾ ਜੀ ਬੇਬਸ। ਅਤੇ ਥਰਡ ਆ ਗਿਆ ਕਲਾਊਡ ਆ ਗਏ, ਉਹਦੀ ਵੀ ਆਪਾਂ ਓਪੈਸਿਟੀ ਥੋੜ੍ਹੀ ਬਹੁਤੀ ਘਟਾ ਕੇ ਆਪਾਂ ਥੋੜ੍ਹਾ ਫੋਗੀ ਟਾਈਪ ਰੱਖਣਾ। ਅਤੇ ਫੋਰਥ ਜਿਹੜਾ ਪਾਰਟ ਆ ਉਹ ਹੈਗਾ ਬਰਡ ਦਾ, ਬਰਡ ਆਪਾਂ ਥੋੜ੍ਹੇ ਫਲਾਈ ਕਰਦੇ ਆਪਾਂ ਦਿਖਾਤੇ ਆ, ਅਤੇ ਇਹ ਆਪਣਾ ਮੈਨੂਪੁਲੇਸ਼ਨ ਤਿਆਰ ਹੋ ਗਿਆ, ਬਾਕੀ ਇਹਨੂੰ ਮੈਨੂਪੁਲੇਸ਼ਨ ਕਹਿੰਦੇ ਨੇ। ਫਿਰ ਆਪਾਂ ਮਿਲਦੇ ਹਾਂ ਨੈਕਸਟ ਕੰਟੈਂਟ ਵਿੱਚ, ਟੇਕ ਕੇਅਰ, ਬਾਏ।